ਮਾਛੀਵਾੜਾ ਸਾਹਿਬ ਵਿਖੇ ਐਸੀ ਭਾਈਚਾਰੇ ਅਤੇ ਹੋਰ ਜਥੇਬੰਦੀਆਂ ਵੱਲੋਂ ਰਾਜਸਥਾਨ ਦੇ ਜਲੋਰ ਵਿਖੇ ਇੱਕ ਸਕੂਲ ਵਿੱਚ ਜਨਰਲ ਕੈਟਾਗਰੀ ਦੇ ਕੜੇ ਵਿੱਚੋਂ ਐਸੀ ਭਾਈਚਾਰੇ ਦੇ ਬੱਚੇ ਇੰਦਰ ਕੁਮਾਰ ਨੂੰ ਪਾਣੀ ਪੀਣ ਕਰਕੇ ਹੈੱਡ ਮਾਸਟਰ ਵੱਲੋਂ ਕੁੱਟ ਕੁੱਟ ਕੇ ਮਾਰ ਦਿੱਤਾ ਗਿਆ ਅਤੇ ਇਸ ਘਟਨਾ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ। इंदर कुमार नूं इंसाफ दिवाउण लई ऐसी भाईचारे दे आगुआं दी अगवाई विच रोपड़ रोड तों लै के बाबा साहिब भीम राव अंबेदकर चक तक कैंडल मार्च कट्टिया गया। आगुआं ने चेतावनी दिंदे कहा कि स्कूल दे दोषी हैडमास्टर खिलाफ FIR दर्ज करके गिरफ्तार कीता जावे ਅਤੇ ਫਾਂਸੀ ਦੀ ਸਜ਼ਾ ਸੁਣਾਈ ਜਾਵੇ। ਜੇਕਰ ਦੋਸ਼ੀ ਹੈੱਡਮਾਸਟਰ ਨੂੰ ਜਲਦੀ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਪੰਜਾਬ ਭਰ ਵਿੱਚ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਰਿਪੋਰਟ ਜਨ ਕਲਿਆਣ TV ਪੱਤਰਕਾਰ ਹਨੀਸ਼ ਕੌਸ਼ਲ। ਇਹ ਜਿਹੜਾ ਕੈਂਡਲ ਮਾਰਚ ਆ ਇਹ ਸਾਡੇ ਐਸੀ ਸਮਾਜ ਦਾ ਜਿਹੜਾ ਬੱਚਾ ਜਿਹੜਾ ਰਾਜਸਥਾਨ ਵਿੱਚ ਇੱਕ ਜਨਰਲ ਕੈਟਾਗਰੀ ਦੇ ਘੜੇ ਵਿੱਚੋਂ ਪਾਣੀ ਪੀਣ ਦੇ ਕਾਰਨ ਉਹ ਨੂੰ ਉਹਦੇ ਟੀਚਰ ਵੱਲੋਂ ਜਿਹੜਾ ਜਨਰਲ ਕੈਟਾਗਰੀ ਦਾ ਸੀ ਉਹਨੇ ਉਹਦਾ ਬਹੁਤ ਬੇਰਹਿਮੀ ਨਾਲ ਕੁੱਟਮਾਰ ਕੀਤੀ। ਉਹ ਕੁੱਟਮਾਰ ਨਾ ਸਹਾਰਦਾ ਹੋਇਆ ਉਹ ਬੱਚਾ ਇਹ ਜਾਤੀਵਾਦ ਦੇ ਪੇੜ ਚੜ ਗਿਆ ਅਤੇ ਉਹ ਬੱਚੇ ਦਾ ਇੰਨਾ ਕਸੂਰ ਸੀ ਵੀ ਉਹ ਇੱਕ ਐਸੀ ਬਰਾਦਰੀ 'ਚ ਪੈਦਾ ਹੋਇਆ ਸੀ ਅਤੇ ਉਹਨੂੰ ਇੱਕ ਦਲਿਤ ਸਮਾਜ 'ਚ ਪੈਦਾ ਹੋਣ ਕਰਕੇ ਆਪਣੀ ਜਾਨ ਦੀ ਹੂਤੀ ਦੇਣੀ ਪਈ। ਇਸ ਲਈ ਇਹ ਹਮੇਸ਼ਾ ਇੱਕ ਪਾਸੇ ਦਾ ਕਿਹਾ ਜਾਂਦਾ ਵੀ ਜਾਤ ਪਾਤ ਖਤਮ ਹੋ ਗਈ, ਦੂਜੇ ਪਾਸੇ ਹਜੇ ਵੀ ਜਿਹੜੇ ਉੱਚ ਜਾਤੀ ਦੇ ਲੋਕ ਆ ਉਹ ਦਲਿਤਾਂ ਨਾਲ ਧੱਕਾ ਕਰਦੇ ਆ ਅਤੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਨੇ ਸਾਰਿਆਂ ਨੂੰ ਬਰਾਬਰ ਦਾ ਹੱਕ ਲੈ ਕੇ ਦਿੱਤਾ ਸੀ ਪਰ ਅਜੇ ਤੱਕ ਵੀ ਸਾਡੇ ਸਮਾਜ ਦੇ ਲੋਕਾਂ ਨਾਲ ਧੱਕਾ ਕੀਤਾ ਜਾ ਰਿਹਾ। ਤੁਹਾਡੀ ਕੀ ਮੰਗ ਹੈ ਜੀ? ਅਸੀਂ ਪੰਜਾਬ ਹਰਿਆਣਾ ਰਾਜਸਥਾਨ ਦੀ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਜਿਹੜੇ ਹੈੱਡ ਟੀਚਰ ਵੱਲੋਂ ਇੱਕ ਦਲਿਤ ਸਮਾਜ ਦੇ ਇੰਦਰ ਕੁਮਾਰ ਬੱਚੇ ਦਾ ਕਤਲ ਕੀਤਾ ਗਿਆ ਉਹਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ। ਉਹ ਅਜੇ ਤੱਕ ਉਹਦੇ 'ਤੇ FIR ਦਰਜ ਨਹੀਂ ਕੀਤੀ ਗਈ ਅਤੇ ਨਾ ਉਹਨੂੰ ਗ੍ਰਿਫਤਾਰ ਕੀਤਾ ਗਿਆ। ਅਸੀਂ ਚੇਤਾਵਨੀ ਦੇਣੀ ਚਾਹੁੰਦੇ ਹਾਂ ਵੀ ਜੇਕਰ ਜਲਦੀ ਤੋਂ ਜਲਦੀ ਉਹਨੂੰ ਗ੍ਰਿਫਤਾਰ ਨਾ ਕੀਤਾ ਉਹਨੂੰ ਫਾਂਸੀ ਨਾ ਦਿੱਤੀ ਤਾਂ ਦਲਿਤ ਸਮਾਜ ਹੋਰ ਵੀ ਸੰਘਰਸ਼ ਕਰੂਗਾ। ਬਹੁਤ ਘਿਨਾਉਣੀ ਹਰਕਤ ਹੋਈ ਆ, ਘਟਨਾ ਹੋਈ ਆ ਰਾਜਸਥਾਨ ਵਿੱਚ, ਕੀ ਕਹੋਗੇ? ਮੈਂ ਤਾਂ ਇਸਦੀ ਘੋਰ ਨਿੰਦਿਆ ਕਰਦਾ ਔਰ ਸਾਰੇ ਹਿੰਦੁਸਤਾਨ ਵਾਸੀਆਂ ਨੂੰ, ਕਿਉਂਕਿ ਅੱਜ ਹਿੰਦੁਸਤਾਨ ਬੜੀ ਤਰੱਕੀਆਂ ਦੇ ਵੱਲ ਜਾ ਰਿਹਾ। ਜਾਤ ਪਾਤ ਦਾ ਭੀਮ ਰਾਓ ਅੰਬੇਦਕਰ ਨੇ ਸਾਡਾ ਸੰਵਿਧਾਨ ਬਣਾ ਕੇ ਸਾਨੂੰ ਇੰਨੇ ਵੱਡੇ ਹੱਕ ਦਿੱਤੇ ਤਾਂ ਕਿ ਜਿਹੜੀ ਜਾਤ ਪਾਤ ਆ ਉਹਨੂੰ ਮਿਟਾਇਆ ਜਾ ਸਕੇ। ਲੇਕਿਨ ਕੁਛ ਸਟੇਟਸ ਜਿੱਥੇ ਕਿ ਹਜੇ ਵੀ ਜਾਤ ਪਾਤ ਤੋਂ ਨਫ਼ਰਤ ਕੀਤੀ ਜਾ ਰਹੀ ਹੈ, ਘੋਰ ਨਿੰਦਿਆ ਦੇ ਕਾਬਲ ਹੈ। ਔਰ ਮੈਂ ਹਿੰਦੁਸਤਾਨ ਦੀ ਸਰਕਾਰ ਤੋਂ ਔਰ ਰਾਜਸਥਾਨ ਦੀ ਸਰਕਾਰ ਤੋਂ ਮੰਗ ਕਰਦਾ ਕਿ ਜਿਸ ਨੇ ਵੀ ਇਹ ਘਿਨਾਉਣੀ ਕਰ ਕੀਤੀ ਹੈ ਉਹਨੂੰ ਵੱਧ ਤੋਂ ਵੱਧ ਬਣਦੀ ਸਜ਼ਾ ਦਿੱਤੀ ਜਾਵੇ ਤਾਂ ਕਿ ਆਉਣ ਵਾਲੇ ਜਨਰੇਸ਼ਨ ਨੂੰ, ਆਉਣ ਵਾਲੀ ਪੀੜ੍ਹੀ ਨੂੰ ਮਤਲਬ ਵੀ ਐਸੀ ਸੇਧ ਮਿਲ ਸਕੇ ਜਿਹੜੇ ਉਸਦੇ ਕਾਰਨਾਮੇ ਆ ਉਹਨਾਂ ਤੋਂ ਲੋਕ ਸਿੱਖ ਸਕਣ ਕਿ ਇਸ ਤਰ੍ਹਾਂ ਕਰਨ ਦੇ ਨਾਲ ਸਾਰੇ ਸਮਾਜ ਦੇ ਵਿੱਚ ਸਾਰੇ ਵਿੱਚ ਉਹਨੂੰ ਇਸ ਤਰ੍ਹਾਂ ਦੀ ਸਜ਼ਾ ਜਿਹੜੀ ਦਿੱਤੀ ਗਈ ਆ ਉਹਦੇ ਕਾਰਨਾਮਿਆਂ ਕਰਕੇ ਦਿੱਤੀ ਗਈ ਤਾਂ ਕਿ ਅੱਗੇ ਤੋਂ ਕੋਈ ਇਸ ਤਰ੍ਹਾਂ ਦਾ ਕਾਰਨਾਮਾ ਕਰਨ ਦੀ ਜ਼ਰੂਰਤ ਨਾ ਕਰੇ। ਆਪਾਂ ਸਰ ਕੇ ਸਾਰੇ ਹੀ ਇਸ ਵੇਲੇ ਸਾਰੇ ਜਾਤੀਆਂ ਇੱਥੇ ਤਾਂ ਕੋਈ ਸਪੈਸ਼ਲੀ ਤਾਂ ਮੈਂ ਧੰਨਵਾਦੀ ਹਾਂ, ਸਾਡੇ ਤਾਂ ਪੰਜਾਬ ਦੇ ਵਿੱਚ ਕੋਈ ਐਸੀ ਗੱਲ ਹੈ ਹੀ ਨਹੀਂ, ਸਾਡੇ ਤਾਂ ਜਿਹੜਾ ਸਵਰਨ ਜਾਤੀਆਂ ਤੋਂ ਵੀ ਉੱਤੇ ਸਤਿਕਾਰ ਜ਼ਿਆਦਾ ਕੀਤਾ ਜਾਂਦਾ।
राजस्थान की सरकार जिथे पिछड़े लोग पिछड़ी सोच रखते हैं उन्होंने भी पंजाब तो सिक्ख्या लेनी चाहिए है और जोड़ा साड़ा समाज है उन्होंने होर इकट्ठे करके भाईचारे को बधाना चाहिए ताकि वो भाईचारा भी तरक्की करे और हिंदुस्तान भी तरक्की करे। एक बार फिर मैं राजस्थान की सरकार तो मंग करदा कि उस बच्चे के कातल जिन्हें कि घिनौनी करती है उन्होंने वध तो वध बन की सज़ा दी जाए। मैं कुलवंत कौर नीलो एस सी सैल इस्त्री बैंक पंजाब अज जी राजस्थान के बच्चे टीचर वालों बहुत ज़्यादा कुटिया गया कि उसकी मौत हो गई। उस बच्चे का कसूर इन्ना सी क्योंकि उन्हें एस सी परिवार के जन्म लिया सी ते जड़े जड़ा उन्हें पानी पीता घड़े देनों हाथ लाने दते वो टीचर ने बेरहमी नाल कुटिया। असी सरकार तो यही मांग करते हैं भी जेडे वो टीचर ने उस बच्चे इन्ना ज़्यादा कुटता कि उसकी मौत हो गई उस टीचर को फांसी की सज़ा दी जाए। पहला वाहिगुरू जी का खालसा श्री वाहिगुरू जी की फतेह जय भीम जय भारत। राजस्थान के असी देखा कि एक घिनौनी घटना हुई आ एक टीचर के वलों बच्चे इन्नी बेरहमी नाल कुटिया गया क्योंकि उन्हें सिर्फ एक उच्च जाति के वर्ग के घड़े के विचों पानी पी लिया सी जबकि 20 मार्च 1927 बाबा साहब भीम राव अंबेदकर ने महार तालाब के विचों सानू इस छुआछात और जेड़े साडे नाल वितकरा करते सी वो पानी उस तालाब के विचों पी के ये चीज़ा खत्म कीतियां सीगियां पर अज भी ये चीज़ा जो कई मनुवाद समृति दे जो जिहड़ा नहीं सोच आ उन्हां दे विच हले भी ये चीज़ा हले हैगियां ने उस दे आधार दे उत्ते उस बच्चे नाल इन्नी कुटमार की आ एक होर निंदा दे योग आ उस नूं फांसी की सज़ा मिलनी चाहिए आ ये असी सारे अपील करते हैं। तो देश विदेश अते लोकल शहरां दीयां तरों ताज़ियां खबरां देखण दे लई साडा ए यूट्यूब चैनल जन कल्याण टीवी नूं सबसक्राइब करना ना भुल्लिओ ते नाल ही बैल आइकॉन भी ऑन कर दो ताकि जदों भी असीं नवीं तो नवीं कोई न्यूज अपलोड करिए तां उहदी नोटिफिकेशन तुहाडे तक जल्द तों जल्द पहुंच जाए। सो सबसक्राइब जन कल्याण टीवी।